ਡੱਗ ਦੇ ਉੱਤੇ ਗੱਡੀ ਧਵਾਉਣ ਆਏ ਸ਼ਖਸ ਦੀ ਕਾਰ ਦੇ ਡੈਸ਼ਬੋਰਡ ਚੋਂ 50,000 ਰੁਪਏ ਅਤੇ ਹੋਰ ਕੀਮਤੀ ਸਮਾਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਇੱਕ ਸ਼ਖਸ ਆਪਣੀ ਗੱਡੀ ਧਵਾਉਣ ਦੇ ਲਈ ਉਹ ਵਾਸ਼ਿੰਗ ਸੈਂਟਰ ਤੇ ਪਹੁੰਚਿਆ ਸੀ, ਪਰ ਕਿਹਾ ਜਾ ਰਿਹਾ ਕਿ ਜਿਵੇਂ ਹੀ ਵਾਸ਼ਿੰਗ ਸੈਂਟਰ ਦੇ ਇੱਕ ਲੜਕੇ ਨੇ ਉਸ ਤੋਂ ਗੱਡੀ ਦੀ ਧੋਣ ਲਈ ਚਾਬੀ ਮੰਗੀ ਤਾਂ ਕਿਹਾ ਜਾ ਰਿਹਾ ਕਿ ਉਹ ਉਸਦੇ ਡੈਸ਼ਬੋਰਡ ਦੇ ਵਿੱਚ ਪਈ 50,000 ਰੁਪਏ ਦੀ ਨਕਦੀ ਅਤੇ ਕੀਮਤੀ ਸਮਾਨ ਚੁੱਕ ਕੇ ਮੌਕੇ ਤੋਂ ਫਰਾਰ ਹੋ ਗਿਆ। ਹਾਲਾਂਕਿ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਥਾਰ ਗੱਡੀ ਨਜ਼ਰ ਆ ਰਹੀ ਹੈ ਅਤੇ ਜਿਵੇਂ ਹੀ ਇਸਦੇ ਕੋਲ ਇੱਕ ਲੜਕਾ ਆਉਂਦਾ ਹੈ ਤਾਂ ਕੁਝ ਦੇਰ ਬਾਅਦ ਉਹ ਸੜਕ ਨੂੰ ਪਾਰ ਕਰਦਾ ਹੋਇਆ ਵੀ ਦਿਖਾਈ ਦੇ ਰਿਹਾ ਅਤੇ ਇਸ ਉੱਤੇ ਇਲਜ਼ਾਮ ਲੱਗੇ ਨੇ ਕਿ ਇਸਨੇ ਇਸ ਥਾਰ ਗੱਡੀ ਦੇ ਵਿੱਚੋਂ 50,000 ਰੁਪਏ ਕੈਸ਼ ਅਤੇ ਹੋਰ ਵੀ ਕੀਮਤੀ ਸਮਾਨ ਚੋਰੀ ਕੀਤਾ ਹੈ। ਜਦਕਿ ਦੂਜੇ ਪਾਸੇ ਜੋ ਵਾਸ਼ਿੰਗ ਸੈਂਟਰ ਦਾ ਮਾਲਕ ਹੈ ਉਸਦਾ ਕਹਿਣਾ ਹੈ ਕਿ ਉਸਨੇ ਕੁਝ ਦਿਨ ਪਹਿਲਾਂ ਹੀ ਇਸ ਲੜਕੇ ਨੂੰ ਰੱਖਿਆ ਸੀ, ਪਰ ਇਸਦਾ ਘਰ ਉਸਨੂੰ ਨਹੀਂ ਪਤਾ ਇਹ ਕਿੱਥੇ ਰਹਿੰਦਾ ਹੈ। ਦੂਜੇ ਪਾਸੇ ਹੁਣ ਇਸਦੀ ਸ਼ਿਕਾਇਤ ਵੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਮਾਮਲਾ ਇਹ ਡੇਰਾ ਬਸੀ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਸ਼ਖਸ ਆਪਣੀ ਥਾਰ ਗੱਡੀ ਨੂੰ ਧਵਾਉਣ ਦੇ ਲਈ ਡੱਗ ਦੇ ਉੱਤੇ ਲੈ ਕੇ ਗਿਆ ਸੀ, ਪਰ ਜਿਵੇਂ ਹੀ ਡੱਗ ਦੇ ਉੱਤੇ ਇੱਕ ਲੜਕਾ ਉਸ ਤੋਂ ਚਾਬੀ ਮੰਗਦਾ ਹੈ ਤਾਂ ਉਸ ਚਾਬੀ ਦੇ ਨਾਲ ਕਿਹਾ ਜਾ ਰਿਹਾ ਕਿ ਡੈਸ਼ਬੋਰਡ ਨੂੰ ਖੋਲ੍ਹਦਾ ਹੈ ਅਤੇ ਡੈਸ਼ਬੋਰਡ ਦੇ ਵਿੱਚ ਪਏ 50,000 ਰੁਪਏ ਨਕਦ ਅਤੇ ਹੋਰ ਵੀ ਕੀਮਤੀ ਸਮਾਨ ਨੂੰ ਚੁੱਕ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਡੱਗ ਦੇ ਉੱਤੇ ਗੱਡੀ ਧਵਾਉਣ ਆਏ ਸ਼ਖਸ ਦੀ ਕਾਰ ਦੇ ਡੈਸ਼ਬੋਰਡ ਚੋਂ 50,000 ਰੁਪਏ ਅਤੇ ਹੋਰ ਕੀਮਤੀ ਸਮਾਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਇੱਕ ਸ਼ਖਸ ਆਪਣੀ ਗੱਡੀ ਧਵਾਉਣ ਦੇ ਲਈ ਉਹ ਵਾਸ਼ਿੰਗ ਸੈਂਟਰ ਤੇ ਪਹੁੰਚਿਆ ਸੀ, ਪਰ ਕਿਹਾ ਜਾ ਰਿਹਾ ਕਿ ਜਿਵੇਂ ਹੀ ਵਾਸ਼ਿੰਗ ਸੈਂਟਰ ਦੇ ਇੱਕ ਲੜਕੇ ਨੇ ਉਸ ਤੋਂ ਗੱਡੀ ਦੀ ਧੋਣ ਲਈ ਚਾਬੀ ਮੰਗੀ ਤਾਂ ਕਿਹਾ ਜਾ ਰਿਹਾ ਕਿ ਉਹ ਉਸਦੇ ਡੈਸ਼ਬੋਰਡ ਦੇ ਵਿੱਚ ਪਈ 50,000 ਰੁਪਏ ਦੀ ਨਕਦੀ ਅਤੇ ਕੀਮਤੀ ਸਮਾਨ ਚੁੱਕ ਕੇ ਮੌਕੇ ਤੋਂ ਫਰਾਰ ਹੋ ਗਿਆ। ਹਾਲਾਂਕਿ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਥਾਰ ਗੱਡੀ ਨਜ਼ਰ ਆ ਰਹੀ ਹੈ ਅਤੇ ਜਿਵੇਂ ਹੀ ਇਸਦੇ ਕੋਲ ਇੱਕ ਲੜਕਾ ਆਉਂਦਾ ਹੈ ਤਾਂ ਕੁਝ ਦੇਰ ਬਾਅਦ ਉਹ ਸੜਕ ਨੂੰ ਪਾਰ ਕਰਦਾ ਹੋਇਆ ਵੀ ਦਿਖਾਈ ਦੇ ਰਿਹਾ ਅਤੇ ਇਸ ਉੱਤੇ ਇਲਜ਼ਾਮ ਲੱਗੇ ਨੇ ਕਿ ਇਸਨੇ ਇਸ ਥਾਰ ਗੱਡੀ ਦੇ ਵਿੱਚੋਂ 50,000 ਰੁਪਏ ਕੈਸ਼ ਅਤੇ ਹੋਰ ਵੀ ਕੀਮਤੀ ਸਮਾਨ ਚੋਰੀ ਕੀਤਾ ਹੈ। ਜਦਕਿ ਦੂਜੇ ਪਾਸੇ ਜੋ ਵਾਸ਼ਿੰਗ ਸੈਂਟਰ ਦਾ ਮਾਲਕ ਹੈ ਉਸਦਾ ਕਹਿਣਾ ਹੈ ਕਿ ਉਸਨੇ ਕੁਝ ਦਿਨ ਪਹਿਲਾਂ ਹੀ ਇਸ ਲੜਕੇ ਨੂੰ ਰੱਖਿਆ ਸੀ, ਪਰ ਇਸਦਾ ਘਰ ਉਸਨੂੰ ਨਹੀਂ ਪਤਾ ਇਹ ਕਿੱਥੇ ਰਹਿੰਦਾ ਹੈ। ਦੂਜੇ ਪਾਸੇ ਹੁਣ ਇਸਦੀ ਸ਼ਿਕਾਇਤ ਵੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਮਾਮਲਾ ਇਹ ਡੇਰਾ ਬਸੀ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਸ਼ਖਸ ਆਪਣੀ ਥਾਰ ਗੱਡੀ ਨੂੰ ਧਵਾਉਣ ਦੇ ਲਈ ਡੱਗ ਦੇ ਉੱਤੇ ਲੈ ਕੇ ਗਿਆ ਸੀ, ਪਰ ਜਿਵੇਂ ਹੀ ਡੱਗ ਦੇ ਉੱਤੇ ਇੱਕ ਲੜਕਾ ਉਸ ਤੋਂ ਚਾਬੀ ਮੰਗਦਾ ਹੈ ਤਾਂ ਉਸ ਚਾਬੀ ਦੇ ਨਾਲ ਕਿਹਾ ਜਾ ਰਿਹਾ ਕਿ ਡੈਸ਼ਬੋਰਡ ਨੂੰ ਖੋਲ੍ਹਦਾ ਹੈ ਅਤੇ ਡੈਸ਼ਬੋਰਡ ਦੇ ਵਿੱਚ ਪਏ 50,000 ਰੁਪਏ ਨਕਦ ਅਤੇ ਹੋਰ ਵੀ ਕੀਮਤੀ ਸਮਾਨ ਨੂੰ ਚੁੱਕ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ।